ਬਠਿੰਡਾ ਦੇ ਪਿੰਡ ਬੱਲੂਆਣਾ ਦੇ ਵਿੱਚ ਇੱਕ ਕੁੱਕੜ ਜਿਹੜਾ ਉਹਨੂੰ ਪੁਲਿਸ ਨੇ ਆਪਣੀ ਹਿਰਾਸਤ 'ਚ ਲਿਆ। ਇਸ ਕੁੱਕੜ ਨੂੰ ਜਿਹੜਾ ਉਹ ਇਸ ਕਰਕੇ ਹਿਰਾਸਤ 'ਚ ਲਿਆ ਕਿਉਂਕਿ ਇਹ ਜ਼ਖਮੀ ਸੀਗਾ। ਇਹ ਜ਼ਖਮੀ ਇਸ ਕਰਕੇ ਸੀਗਾ ਕਿ ਬੱਲੂਆਣਾ ਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਕੁੱਕੜਾਂ ਦੀ ਲੜਾਈ ਕਰਾ ਰਹੇ ਸੀ, ਜਿਹੜਾ ਕਿ ਸਰਕਾਰ ਵੱਲੋਂ ਪਾਬੰਦੀ ਆ ਜਿਹਦੇ ਉੱਤੇ, ਪਰ ਇਹ ਲੋਕ ਜਿਹੜੇ ਆ ਆਪਣੇ ਸ਼ੌਂਕ ਵਾਸਤੇ ਇਹ ਲੜਾਈ ਕਰਵਾ ਰਹੇ ਸੀ। ਜਦੋਂ ਬਠਿੰਡਾ ਸਦਰ ਦੀ ਪੁਲਿਸ ਨੂੰ ਇਸ ਗੱਲ ਬਾਰੇ ਇਤਲਾਹ ਮਿਲੀ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਕੀਤੀ। ਜਦੋਂ ਉਹ ਮੌਕੇ 'ਤੇ ਪਹੁੰਚਦੇ ਆ ਤਾਂ ਦੇਖਦੇ ਆ ਕਿ ਬੰਦੇ ਤਾਂ ਭੱਜ ਜਾਂਦੇ ਆ, ਇੱਕ ਕੁੱਕੜ ਜ਼ਖਮੀ ਹਾਲਤ ਦੇ ਵਿੱਚ ਜਿਹੜਾ ਉਹ ਇਹਨਾਂ ਦੇ ਕਾਬੂ ਆ ਜਾਂਦਾ। ਹਾਲਾਂਕਿ ਇਹ ਤਿੰਨ ਲੋਕਾਂ ਨੂੰ ਹੋਰ ਵੀ ਕਾਬੂ ਕਰਦੇ ਆ, ਜਗਸੀਰ ਸਿੰਘ ਨੂੰ, ਗੁਰਜੀਤ ਸਿੰਘ ਨੂੰ ਅਤੇ ਇੱਕ ਸ਼ਖਸ ਦਾ ਨਾਂ ਰਾਜਵਿੰਦਰ ਸਿੰਘ ਆ, ਉਹਨਾਂ ਨੂੰ ਕਾਬੂ ਕਰਦੇ ਆ, ਪਰ ਉਹ ਤਾਂ ਜ਼ਮਾਨਤ 'ਤੇ ਬਾਹਰ ਆ ਗਏ। ਪਰ ਇਹ ਜਿਹੜਾ ਕੁੱਕੜ ਆ ਇਹ ਪੁਲਿਸ ਦੀ ਕਸਟਡੀ ਦੇ ਵਿੱਚ ਆ। ਪੁਲਿਸ ਨੇ ਇਹਨੂੰ ਜਿਹੜਾ ਦਾਣਾ ਪਾਣੀ ਵੀ ਪਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਕਮ ਇਹ ਨੇ ਵੀ ਇਹਦਾ ਇਲਾਜ ਕਰਾਓ, ਇਹਨੂੰ ਪਹਿਲਾਂ ਠੀਕ ਕਰੋ। ਹੁਣ ਇਹ ਜਿਹੜਾ ਕੁੱਕੜ ਆ ਇਹ ਪੁਲਿਸ ਦੀ ਇਸ ਵੇਲੇ ਕੇਸ ਪ੍ਰੋਪਰਟੀ ਬਣ ਗਿਆ। ਔਰ ਝਗੜਾ ਕੌਣ ਕਰ ਰਹੇ ਸੀ, ਈਗੋ ਕਿਹਨਾਂ ਦੀ ਸੀ, ਬੰਦਿਆਂ ਦੀ ਜਿਨ੍ਹਾਂ ਨੇ ਕੁੱਕੜ ਪਾਲੇ। ਔਰ ਬਾਅਦ 'ਚੋਂ ਉਹਨਾਂ ਨੇ ਕਿਹਾ ਵੀ ਅਸੀਂ ਕੁੱਕੜਾਂ ਦੀ ਆ ਜਿਹੜੀ ਲੜਾਈ ਕਰਾਉਂਦੇ ਹਾਂ, ਵੇਖਦੇ ਹਾਂ ਕਿਹਦਾ ਕੁੱਕੜ ਜਿੱਤਦਾ, ਕਿਹਦਾ ਕੁੱਕੜ ਜਿਹੜਾ ਬਾਜ਼ੀ ਮਾਰ ਜਾਂਦਾ। ਇਹ ਜਦੋਂ ਲੜਾਈਆਂ ਅਜਿਹੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਜਾਨਵਰ ਫੱਟੜ ਹੋ ਜਾਂਦਾ, ਜਾਨਵਰ ਨੂੰ ਨੁਕਸਾਨ ਹੁੰਦਾ, ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਜਾਨਵਰ ਨੂੰ ਵੀ ਉਹਦੇ ਉੱਤੇ ਲੱਖਾਂ ਰੁਪਈਏ ਲੱਗੇ ਹੋਏ ਆ। ਔਰ ਇਹ ਜਿਹੜੇ ਲੋਕ ਆ ਇਹ ਤਾੜੀਆਂ ਇਸ ਕਰਕੇ ਮਾਰ ਰਿਹਾ ਵੀ ਸਾਨੂੰ ਜ਼ਖਮ ਲੱਗ ਰਹੇ ਆ, ਜਾਂ ਜਿਹੜਾ ਜਾਨਵਰ ਆ ਦੂਜੇ ਜਾਨਵਰ ਨੂੰ ਜ਼ਖਮ ਦੇ ਰਿਹਾ। ਇਹਨਾਂ ਨੂੰ ਤਾਂ ਨਾ ਤਾੜੀਆਂ ਦਾ ਪਤਾ ਨਾ ਇਨਾਮ ਦਾ ਪਤਾ, ਪਰ ਬੰਦਾ ਜਿਹੜਾ ਉਹ ਆਪਣੇ ਮਜ਼ੇ ਵਾਸਤੇ, ਆਪਣੀ ਚੜ੍ਹਤ ਵਾਸਤੇ, ਆਪਣੀ ਬੱਲੇ ਬੱਲੇ ਦੇ ਚੱਕਰ ਦੇ ਵਿੱਚ ਜਿਹੜਾ ਉਹ ਜਾਨਵਰਾਂ ਦੇ ਉੱਤੇ ਤਸ਼ੱਦਦ ਵੀ ਕਰਦਾ। ਹਾਲਾਂਕਿ ਹੋਰ ਵੀ ਕਈ ਜਾਨਵਰ ਆ ਜਿਨ੍ਹਾਂ ਨੂੰ ਆਪਣੀ ਸ਼ੌਂਕ ਵਾਸਤੇ ਲੋਕ ਜਿਹੜੇ ਆ ਇਸਤੇਮਾਲ ਕਰਦੇ ਆ, ਉਹਨਾਂ ਦੇ ਉੱਤੇ ਦਾਅ ਖੇਡਦੇ ਆ, ਬੁੱਲ ਫਾਈਟਿੰਗ ਵੀ ਉਹਦੇ ਵਿੱਚ ਹੈਗੀ ਆ। ਪਰ ਇਹ ਜਿਹੜੇ ਕੁੱਕੜ ਆ ਇਹ ਹੁਣ ਇਸ ਕਦਰ ਇਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੀ, ਪਾਲਿਆ ਜਾ ਰਿਹਾ ਸੀ, ਪੈਸੇ ਖਰਚੇ ਜਾ ਰਹੇ ਸੀ ਕਿ ਇਹਨਾਂ ਉੱਤੇ ਫਿਰ ਦਾਅ ਖੇਡਣਾ, ਪਰ ਇਹਨਾਂ ਦਾ ਦਾਅ ਜਿਹੜਾ ਉਹ ਸਫਲ ਨਹੀਂ ਹੋਇਆ ਕਿਉਂਕਿ ਪੁਲਿਸ ਜਿਹੜੀ ਆ ਪੁਲਿਸ ਨੇ ਪਹਿਲਾਂ ਹੀ ਮੌਕੇ 'ਤੇ ਪਹੁੰਚ ਕੇ ਇਹਨਾਂ ਨੂੰ ਕਾਬੂ ਕਰ ਲਿਆ। ਬੰਦੇ ਤਾਂ ਭੱਜ ਗਏ ਪਰ ਤਿੰਨ ਜਣੇ ਕਾਬੂ ਆਏ ਅਤੇ ਉਹ ਵੀ ਜ਼ਮਾਨਤ ਲੈ ਕੇ ਬਾਹਰ ਆ ਗਏ ਆ। ਪਰ ਇਹ ਜਿਹੜਾ ਕੁੱਕੜ ਆ ਇਹ ਹੁਣ ਪੁਲਿਸ ਦੀ ਕੇਸ ਪ੍ਰੋਪਰਟੀ ਆ, ਅਦਾਲਤ ਦੇ ਵਿੱਚ ਇਹਨੂੰ ਪੇਸ਼ ਵੀ ਕੀਤਾ ਜਾਏਗਾ ਕਿਉਂਕਿ ਇਹਦੀ ਹਾਲਤ ਦਾ ਜਿਹੜਾ ਇਹਦੇ ਹਾਲਾਤਾਂ ਦਾ ਜਾਇਜ਼ਾ ਵੀ ਲੈਣਾ ਵੀ ਇਹਦੇ ਜ਼ਖਮ ਜਿਹੜੇ ਆ ਉਹ ਅੱਲੇ ਸੀਗੇ ਜਿਹੜੇ ਉਹ ਭਰ ਗਏ ਆ ਕਿ ਨਹੀਂ ਭਰੇ, ਕੁੱਕੜ ਕਿਹੜੇ ਹਾਲਤ ਦੇ ਵਿੱਚ ਆ। ਹਾਲਾਂਕਿ ਹੁਣ ਜਿਹੜਾ ਪੁਲਿਸ ਮਹਿਕਮਾ ਇਹਨੂੰ ਦਾਣਾ ਵੀ ਪਾ ਰਿਹਾ, ਇਹਨੂੰ ਪਾਣੀ ਵੀ ਪਿਆ ਰਿਹਾ, ਇਹਦੀ ਮਰਮ ਪੱਟੀ ਵੀ ਕਰ ਰਿਹਾ, ਪਰ ਇੱਕ ਅਜੀਬੋ ਗਰੀਬ ਮਾਮਲਾ ਜਿਹੜਾ ਕਿ ਸਰਕਾਰ ਵੱਲੋਂ ਬੈਨ ਆ, ਪੰਛੀਆਂ ਦੀ ਜਿਹੜੀ ਲੜਾਈ ਆ ਜਾਂ ਇੱਦਾਂ ਕੁੱਕੜਾਂ ਦੀ ਲੜਾਈ ਆ ਜਾਂ ਕੁੱਤਿਆਂ ਦੀ ਜਿਹੜੀ ਲੜਾਈ ਆ ਇਹ ਟੋਟਲੀ ਬੈਨ ਆ, ਉਹਦੇ ਬਾਵਜੂਦ ਵੀ ਇਹ ਜਿਹੜੀਆਂ ਇੱਦਾਂ ਦੇ ਜਿਹੜੇ ਈਵੈਂਟਸ ਆ ਇਹ ਕਰਾਏ ਜਾਂਦੇ ਸੀਗੇ ਅਤੇ ਜਿੱਥੇ ਇਹ ਕੁੱਕੜ ਵਿਚਾਰਾ ਅੜਿੱਕੇ ਆ ਗਿਆ। ਖੈਰ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ, ਦੋਸ਼ੀ ਜਿਹੜੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਸੀਗਾ, ਪਰ ਉਹ ਜ਼ਮਾਨਤ ਦੇ ਉੱਤੇ ਬਾਹਰ ਆ ਗਏ ਆ। ਔਰ ਇਹ ਜਿਹੜਾ ਕੁੱਕੜ ਆ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ, ਨਿਗਰਾਨੀ ਦੇ ਵਿੱਚ ਆ, ਆਨੰਦ ਮਾਣ ਰਿਹਾ ਵੀ ਕਿੱਥੇ ਤਾਂ ਉਹਦੇ ਦੂਜਾ ਕੁੱਕੜ ਚੁੰਝਾ ਮਾਰ ਰਿਹਾ ਸੀ, ਉਹਨੂੰ ਨੋਚਦਾ ਪਿਆ ਸੀ, ਅਤੇ ਕਿੱਥੇ ਹੁਣ ਉਹਨੂੰ ਜਿਹੜਾ ਦਾਣਾ ਪਾਇਆ ਜਾ ਰਿਹਾ, ਪਾਣੀ ਮਿਲ ਰਿਹਾ, ਮਰਮ ਪੱਟੀ ਹੋ ਰਹੀ ਆ। ਔਰ ਹੁਣ ਜਿੱਥੇ ਅਦਾਲਤ ਹੁਣ ਹੁਕਮ ਸੁਣਾਏਗੀ, ਜਿਹੜੀ ਕੋਈ ਕਾਰਵਾਈ ਕਰੇਗੀ ਉਹਨਾਂ ਤਿੰਨ ਬੰਦਿਆਂ ਦੇ ਖਿਲਾਫ਼, ਰਾਜਵਿੰਦਰ ਦੇ ਖਿਲਾਫ਼, ਜਗਸੀਰ ਦੇ ਖਿਲਾਫ਼ ਔਰ ਗੁਰਜੀਤ ਦੇ ਖਿਲਾਫ਼, ਉਹ ਤਾਂ ਬਾਅਦ ਦੀ ਗੱਲ ਆ। ਪਰ ਇਹ ਜਿਹੜਾ ਕੁੱਕੜ ਆ ਇਸ ਵੇਲੇ ਸੁਰਖੀਆਂ ਦੇ ਵਿੱਚ ਵੀ ਆ, ਚਰਚਾ ਦੇ ਵਿੱਚ ਵੀ ਆ। ਉਹਦਾ ਕਾਰਨ ਇਹ ਆ ਵੀ ਇਹ ਪੁਲਿਸ ਨੂੰ ਹੁਣ ਇਹਨੂੰ ਪੇਸ਼ ਕਰਨਾ ਪੈਣਾ ਜਦੋਂ ਵੀ ਮਾਨਯੋਗ ਅਦਾਲਤ ਤਲਬ ਕਰੇਗੀ। ਜਦੋਂ ਵੀ ਕੋਰਟ ਦੇ ਵਿੱਚ ਕੁੱਕੜ ਨੂੰ ਲੈ ਕੇ ਜਾਣਾ ਨਾਲ ਜੀ, ਪੇਸ਼ ਕਰਨ ਪਊਗਾ ਨਾਲ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।